ਅੱਜ ਅਸੀਂ ਤੁਹਾਨੂੰ ਚੰਡੀਗੜ੍ਹ ਦੀ ਮੰਡੀਰ ਦੀ ਹੋਲੀ ਦੀ ਇੱਕ ਅਜਿਹੀ ਵੀਡੀਓ ਦਿਖਾਵਾਂਗੇ ਜਿਸ ਨੂੰ ਵੇਖ ਕੇ ਤੁਸੀਂ ਵੀ ਆਪਣੀਆਂ ਕੁੜੀਆਂ ਨੂੰ ਬਾਹਰ ਇਕੱਲੀਆਂ ਭੇਜਣ ਤੋਂ ਪਹਿਲਾਂ 100 ਵਾਰ ਸੋਚੋਗੇ। ਚੰਡੀਗੜ੍ਹ ਦੀ ਇਸ ਮੰਡੀਰ ਨੇ ਹੋਲੀ ਵਾਲੇ ਦਿਨ ਇੱਕ ਇਕੱਲੀ ਕੁੜੀ ਨੂੰ ਵੇਖ ਕੇ ਰੋਕ ਲਿਆ ਤੇ ਜ਼ਬਰਦਸਤੀ ਜੋ ਕੰਮ ਕੀਤਾ, ਆਓ ਉਹ ਤੁਸੀਂ ਖੁਦ ਹੀ ਇਸ ਵੀਡੀਓ ਵਿੱਚ ਦੇਖ ਲਵੋ। ਕਹਿੰਦੇ ਆ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਪਰ ਜੇਕਰ ਇਸ ਕੁੜੀ ਦੀ ਥਾਂ 'ਤੇ ਇਹਨਾਂ ਮੁੰਡਿਆਂ ਵਿੱਚੋਂ ਕਿਸੇ ਇੱਕ ਦੀ ਭੈਣ ਹੁੰਦੀ ਤਾਂ ਕੀ ਉਸ ਕੁੜੀ ਨਾਲ ਇੱਦਾਂ ਦਾ ਹੀ ਵਿਵਹਾਰ ਕੀਤਾ ਜਾਂਦਾ? ਉਸ ਨੂੰ ਰੋਕ ਕੇ ਇੱਦਾਂ ਹੀ ਰੰਗ ਲਗਾਇਆ ਜਾਂਦਾ?